ਹਾਂਜੀ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਅਤੇ ਕਾਫੀ ਸਾਰੇ ਫਰੈਂਡਸ ਪੁੱਛ ਰਹੇ ਸੀਗੇ ਵੀਰੇ, ਸਾਡਾ ਹਜੇ ਤੱਕ DMC ਨਹੀਂ ਆਇਆ, ਜਿਨ੍ਹਾਂ ਨੇ ਕੰਪਾਰਟਮੈਂਟ ਦੇ ਪੇਪਰ ਦਿੱਤੇ ਸੀਗੇ, ਅਤੇ ਜਿਨ੍ਹਾਂ ਦੀ ਕੰਪਾਰਟਮੈਂਟ ਹਜੇ ਵੀ ਕਲੀਅਰ ਨਹੀਂ ਹੋਈ ਆ, ਉਹਨਾਂ ਦੇ ਫਾਰਮ ਕਦੋਂ ਆ ਰਹੇ ਨੇ? ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਪੇਪਰ ਤੁਹਾਡੇ ਮਾਰਚ ਦੇ ਵਿੱਚ ਹੋਣਗੇ 2020 ਦੇ ਵਿੱਚ ਅਗਲੇ ਸਾਲ। ਅਤੇ ਦੋਸਤੋ ਗੱਲ ਕਰੀਏ, ਫਾਰਮ ਕਹਿ ਰਹੇ ਨੇ ਕਿ ਇਸੇ ਮਹੀਨੇ ਆਉਣੇ ਆ, ਜਾਂ ਤਾਂ ਦੋਸਤੋ ਇਸ ਮਹੀਨੇ ਨਹੀਂ ਆਏ ਤਾਂ ਨਵੰਬਰ ਦੇ 1 ਤੋਂ ਲੈ ਕੇ 10 ਤਰੀਕ ਦੇ ਵਿੱਚ ਪੱਕਾ ਤੁਹਾਡਾ ਜਿਹੜਾ ਫਾਰਮ ਆ ਜਾਣਾ ਵਾ, ਜਿਹੜਾ ਤੁਸੀਂ ਔਨਲਾਈਨ ਫਾਰਮ ਭਰਨਾ। ਅਤੇ ਕੰਪਾਰਟਮੈਂਟ ਦਾ ਫਾਰਮ ਆ, ਜਿਨ੍ਹਾਂ ਦੀ ਕੰਪਾਰਟਮੈਂਟ ਕਲੀਅਰ ਨਹੀਂ ਹੋਈ, ਕਲਾਸ 10ਵੀਂ ਅਤੇ 12ਵੀਂ ਵਾਲਿਆਂ ਦੇ ਜਿਨ੍ਹਾਂ ਦੇ ਕੰਪਾਰਟਮੈਂਟ ਕਲੀਅਰ ਨਹੀਂ ਹੋਈ, ਉਹਨਾਂ ਦੇ ਕੰਪਾਰਟਮੈਂਟ ਦੇ ਫਾਰਮ ਆਉਣੇ ਨੇ ਅਤੇ ਪੇਪਰ ਮਾਰਚ ਵਿੱਚ ਆਉਣੇ ਨੇ। ਅਤੇ ਗੱਲ ਕਰੀਏ ਦੂਸਰੇ ਟੋਪਿਕ ਦੀ, ਦੋਸਤੋ ਹਜੇ ਤੱਕ DMC ਨਹੀਂ ਆਏ, ਜਿਹੜੇ ਪਾਸ ਹੋ ਗਏ ਨੇ ਉਹ ਆਪਣੇ DMC ਦਾ ਇੰਤਜ਼ਾਰ ਕਰ ਰਹੇ ਨੇ, ਜਿਨ੍ਹਾਂ ਨੇ ਕੰਪਾਰਟਮੈਂਟ ਦੇ ਪੇਪਰ ਦਿੱਤੇ ਸੀਗੇ। ਦੋਸਤੋ ਹੁਣ ਇਹ ਵੀਡੀਓ ਆਊਗੀ ਜੀ, ਕੱਲ ਤਾਂ ਆਊਗੀ ਨਹੀਂ ਵੀਡੀਓ ਜੀ, ਇਹ ਹੁਣ ਆਊਗੀ ਜੀ, ਮੰਡੇ ਨੂੰ ਵੀਡੀਓ ਆਊਗੀ, ਉਸਦੇ ਵਿੱਚ ਆਪਾਂ ਬੋਰਡ ਦੇ ਅਧਿਕਾਰੀ ਤੋਂ ਪੁੱਛਾਂਗੇ ਦੋਨੋਂ ਟੋਪਿਕ ਬਾਰੇ, ਅਤੇ ਜੋ ਵੀ ਉਹ ਦੱਸਣਗੇ ਆਪਾਂ ਤੁਹਾਨੂੰ ਦੱਸ ਦਾਂਗੇ, ਕਿਉਂਕਿ ਅੱਜ ਵੀ ਮੋਹਾਲੀ ਬੰਦ ਆ ਅਤੇ ਕੱਲ੍ਹ ਵੀ ਮੋਹਾਲੀ ਬੰਦ ਰਹੇਗਾ PSB, ਕਿਉਂਕਿ 2 ਦਿਨ ਉਹਨਾਂ ਦੀ ਛੁੱਟੀ ਹੁੰਦੀ ਹੈ, ਸ਼ਨੀਵਾਰ ਅਤੇ ਐਤਵਾਰ ਦੋਸਤੋ। ਅਤੇ ਦੋਸਤੋ ਗੱਲ ਕਰੀਏ, ਕਾਫੀ ਸਾਰੀ ਵੀਡੀਓਜ਼ ਆ ਰਹੀਆਂ ਨੇ ਕਿ ਕੰਪਾਰਟਮੈਂਟ ਦੇ ਫਾਰਮ ਆਉਣ ਵਾਲੇ ਨੇ, ਕਿ ਇਹ ਡੇਟ ਆ ਉਹ ਡੇਟ ਆ। ਦੋਸਤੋ ਹਜੇ ਤੱਕ ਕੋਈ ਵੀ ਅਫੀਸ਼ੀਅਲ ਡੇਟ ਨਹੀਂ ਆਈ ਹੈ, ਵੈਬਸਾਈਟ 'ਤੇ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਮੈਂ ਵੈਬਸਾਈਟ ਹੀ ਖੋਲ੍ਹੀ ਹੋਈ ਹੈ, ਇਸ ਵਿੱਚ ਕੋਈ ਵੀ ਹਜੇ ਤੱਕ ਕੰਪਾਰਟਮੈਂਟ ਦੇ ਫਾਰਮ ਬਾਰੇ ਕੋਈ ਅਪਡੇਟ ਨਹੀਂ ਹੈ। ਦੋਸਤੋ ਜਦੋਂ ਵੀ ਕੋਈ ਅਪਡੇਟ ਆਉਂਦਾ ਅਫੀਸ਼ੀਅਲੀ, ਅਤੇ ਆਪਾਂ ਹੁਣ ਸੋਮਵਾਰ ਨੂੰ ਤਾਂ ਪੁੱਛਾਂਗੇ, ਅਤੇ ਜਦੋਂ ਵੀ ਕੋਈ ਵੈਬਸਾਈਟ 'ਤੇ ਅਫੀਸ਼ੀਅਲ ਅਪਡੇਟ ਆਉਂਦਾ ਹੈ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਕਰ ਦੂੰਗਾ ਦੋਸਤੋ। ਅਤੇ ਦੋਸਤੋ ਬਸ ਇਸ ਵੀਡੀਓ ਵਿੱਚ ਇੰਨਾ ਹੀ ਸੀ, ਮੰਡੇ ਨੂੰ ਵੀਡੀਓ ਆਊਗੀ ਜੀ, ਆਪਾਂ ਸਿੱਧਾ ਬੋਰਡ ਦੇ ਅਧਿਕਾਰੀ ਤੋਂ ਪੁੱਛਾਂਗੇ ਕੰਪਾਰਟਮੈਂਟ ਦੇ DMC ਕਿਉਂ ਨਹੀਂ ਆਏ ਹਜੇ ਤੱਕ। ਮਤਲਬ ਕਈ ਵੀਰਾਂ ਦੇ ਕੰਪਾਰਟਮੈਂਟ ਦੇ ਜਿਹੜੇ DMC ਸੀ ਉਹ ਪਹੁੰਚ ਗਏ ਨੇ, ਅਤੇ ਕਈਆਂ ਵੀਰਾਂ ਦੇ ਜੇ ਬਾਕੀ ਨੇ, ਅਤੇ ਆਪਾਂ ਉਹਨਾਂ ਤੋਂ ਪੁੱਛਾਂਗੇ ਸਰ ਕਿੰਨਾ ਕੁ ਟਾਈਮ ਲੱਗੂ, ਹੋਰ ਹਜੇ ਤੱਕ ਕਿਉਂ ਨਹੀਂ ਆਇਆ, ਕੀ ਚੱਕਰ ਹੈ ਜੀ। ਅਤੇ ਦੋਸਤੋ ਇਹ ਹੋ ਗਿਆ DMC ਬਾਰੇ, ਅਤੇ ਆਪਾਂ ਬੋਰਡ ਦੇ ਅਧਿਕਾਰੀ ਤੋਂ ਵੀ ਪੁੱਛਾਂਗੇ ਕੰਪਾਰਟਮੈਂਟ ਦੇ ਫਾਰਮ ਕਦੋਂ ਆ ਰਹੇ ਨੇ, ਇਹ ਵੀ ਉਹਨਾਂ ਤੋਂ ਪੁੱਛ ਲਾਂਗੇ ਦੋਸਤੋ। ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਸੀ, ਦੋਸਤੋ ਜੇਕਰ ਤੁਸੀਂ ਕੁਝ ਪੁੱਛਣਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਅਤੇ ਤੁਹਾਡਾ ਕੁਐਸਚਨ ਮੈਂ ਬੋਰਡ ਦੇ ਅਧਿਕਾਰੀ ਤੋਂ ਪੁੱਛੂੰਗਾ, ਅਤੇ ਉਹ ਜੋ ਵੀ ਕਹਿਣਗੇ ਆਪਾਂ ਤੁਹਾਨੂੰ ਦੱਸ ਦਾਂਗੇ, ਜੇਕਰ ਮੈਨੂੰ ਪਤਾ ਹੋਇਆ ਤਾਂ ਮੈਂ ਹੀ ਦੱਸ ਦਊ ਦੋਸਤੋ। ਦੋਸਤੋ ਬਸ ਤੁਹਾਡੀ 100% ਹੈਲਪ ਕੀਤੀ ਜਾਊਗੀ। ਅਤੇ ਦੋਸਤੋ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਹ ਵੀਡੀਓ ਦੇਖਣ।